ਸਾਨੂੰ ਪੁਲਿਸ ਸਟੇਸ਼ਨ ਮਰੀਠਾ ਰੋਡ ਵਿਖੇ 8 ਤਰੀਕ ਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਸਦੀਕ ਖਾਨ ਨਾਮ ਦਾ ਬੰਦਾ ਜੋ ਕਿ ਪਿੱਛੋਂ ਹਨੂਮਾਨਗੜ੍ਹ ਰਾਜਸਥਾਨ ਦਾ ਰਹਿਣ ਵਾਲਾ ਅਤੇ ਹਾਲ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਰਹਿ ਰਿਹਾ ਹੈ। ਉਸਨੇ ਸਾਨੂੰ ਇੱਕ ਇਨਫੋਰਮੇਸ਼ਨ ਦਿੱਤੀ ਕਿ 4 ਤਰੀਕ ਨੂੰ ਰਾਤ ਦੇ ਕਰੀਬ 12:30 ਵਜੇ 3 ਅਣਪਛਾਤੇ ਨੌਜਵਾਨ ਮੋਟਰ ਬਾਈਕ 'ਤੇ ਆਏ ਅਤੇ ਉਹਨਾਂ ਨੇ ਉਹਨਾਂ ਨੂੰ ਇੱਕ ਤਾਂ ਦਾਤਰ ਵਿਖਾਇਆ ਅਤੇ ਉਸਦੇ ਦਾਤਰ ਨਾਲ ਅਟੈਕ ਵੀ ਕੀਤਾ ਅਤੇ ਅਟੈਕ ਕਰਕੇ ਉਸਨੂੰ ਡਰਾ ਕੇ ਉਸ ਕੋਲੋਂ ਉਸਦਾ ਮੋਬਾਈਲ ਫੋਨ ਖੋਹ ਕੇ ਲੈ ਗਏ। ਇਸ ਤੋਂ ਬਾਅਦ ਸਾਡੀ ਮਰੀਠਾ ਰੋਡ ਦੀ ਪੁਲਿਸ ਨੇ ਅਤੇ ਚੌਂਕੀ ਇੰਚਾਰਜ ਫੈਜਪੁਰੇ ਦੀ ਟੀਮ ਨੇ ਲੱਗ ਕੇ 24 ਘੰਟੇ ਦੇ ਅੰਦਰ ਅੰਦਰ ਤਿੰਨੇ ਜੋ ਮੁਜ਼ਲਮ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ ਅਤੇ ਪੁਨੀਤ ਸਿੰਘ ਹੈ, ਤਿੰਨਾਂ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਨੇ ਅਤੇ ਉਹਨਾਂ ਕੋਲੋਂ ਜੋ ਵਾਰਦਾਤ ਵਿੱਚ ਵਰਤਿਆ ਗਿਆ ਦਾਤਰ ਅਤੇ ਖੋਹ ਕੀਤਾ ਗਿਆ ਮੋਬਾਈਲ ਫੋਨ ਅਤੇ ਇੱਕ ਜੋ ਕੜੇ ਨਾਲ ਉਹਨਾਂ 'ਤੇ ਅਟੈਕ ਕੀਤਾ ਸੀ, ਇਹ ਤਿੰਨੇ ਚੀਜ਼ਾਂ ਰਿਕਵਰ ਕਰ ਲਈਆਂ ਨੇ ਅਤੇ ਜੋ ਸਵਾਰੀ ਲਈ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਇਹਨਾਂ ਕੋਲੋਂ ਮਿਲਿਆ ਅਤੇ ਇਸ ਤਰ੍ਹਾਂ ਜੋ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਬਹੁਤ ਜ਼ਿਆਦਾ ਇਲਜਾਫਾ ਹੋਇਆ ਵਾ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਰਦੀ CP ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਸਾਡੀ ਟੀਮ ਨੇ 24 ਘੰਟੇ ਦੇ ਵਿੱਚ ਇਸ ਵਾਰਦਾਤ ਨੂੰ ਟਰੇਸ ਕੀਤਾ ਅਤੇ ਤਿੰਨਾਂ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਕੇ ਅੰਦਰ ਭੇਜਿਆ। ਇਸ ਵਿੱਚੋਂ ਜੋ ਇੱਕ ਦੋਸ਼ੀ ਜੋ ਮੇਨ ਇਹਦੇ ਵਿੱਚ ਸਰਗਣਾ ਵਾ ਮਨਪ੍ਰੀਤ ਸਿੰਘ, ਉਸ 'ਤੇ ਪਹਿਲਾਂ ਵੀ ਇੱਕ ਸਨੈਚਿੰਗ ਦਾ ਕੇਸ ਦਰਜ ਹੈ ਅਤੇ ਤਿੰਨਾਂ ਨੂੰ ਅਸੀਂ ਅਰੈਸਟ ਕਰਕੇ ਇਹਨਾਂ ਦਾ ਇੱਕ 2 ਦਿਨ ਦਾ ਰਿਮਾਂਡ ਲਿਆ ਜੀ।